ਹੈਲੋ ਐਵਰੀਵਨ, ਵੈਲਕਮ ਬੈਕ। ਇੱਕ ਵਾਰ ਫਿਰ ਹਾਜ਼ਰ ਹਾਂ ਇੱਕ ਨਵੀਂ ਰੈਸਿਪੀ ਦੇ ਨਾਲ। ਅਤੇ ਜਿੱਦਾਂ ਕਿ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ, ਅਤੇ ਅੱਜ ਅਸੀਂ ਬਣਾਵਾਂਗੇ ਕਰੇਲੇ। ਕਰੇਲੇ ਬਣਾਉਣ ਵਾਸਤੇ ਮੈਂ 2 ਵੱਡੇ ਟਮਾਟਰ ਲਿੱਤੇ ਨੇ, 3 ਪਿਆਜ਼ ਲਿੱਤੇ ਨੇ, ਲਸਣ, ਅਦਰਕ ਅਤੇ ਮਿਰਚਾਂ। ਇਹਨੂੰ ਅਸੀਂ ਇੱਕ ਜਾਰ ਦੇ ਵਿੱਚ ਪਾ ਲਿੱਤਾ ਹੈ, ਅਤੇ ਇਹਨੂੰ ਅਸੀਂ ਇਹਦਾ ਪੇਸਟ ਤਿਆਰ ਕਰ ਲਾਂਗੇ। ਕਰੇਲਿਆਂ ਨੂੰ ਮੈਂ ਨਮਕ ਲਗਾ ਕੇ 1-2 ਘੰਟੇ ਦਾ ਰੈਸਟ ਦੇ ਦਿੱਤਾ ਹੈ। ਨਮਕ ਇਸ ਕਰਕੇ ਲਗਾਇਆ ਸੀ ਤਾਂ ਕਿ ਕਰੇਲਿਆਂ ਦੀ ਜਿਹੜੀ ਕੜਵਾਹਟ ਹੈ ਉਹ ਨਿਕਲ ਜਾਵੇ। ਅਤੇ 1-2 ਘੰਟੇ ਬਾਅਦ ਅਸੀਂ ਇਹਨੂੰ, ਮਤਲਬ 1-2 ਘੰਟੇ ਹੋ ਚੁੱਕੇ ਨੇ, ਅਤੇ ਹੁਣ ਅਸੀਂ ਇਹਨੂੰ ਫਰਾਈ ਕਰ ਲਾਂਗੇ। ਅਤੇ ਦੂਸਰੀ ਸਾਈਡ 'ਤੇ ਮੈਂ ਤੇਲ ਰੱਖ ਦਿੱਤਾ ਹੈ ਫਰਾਈ ਕਰਨ ਵਾਸਤੇ। ਤੇਲ ਗਰਮ ਹੋਏਗਾ ਅਤੇ ਅਸੀਂ ਇਹਦੇ ਵਿੱਚ ਕਰੇਲੇ ਆਪਣੇ ਫਰਾਈ ਕਰ ਲਾਂਗੇ। ਦੂਸਰੀ ਸਾਈਡ 'ਤੇ ਮੈਂ ਆਪਣਾ ਤੜਕਾ ਰੈਡੀ ਕਰਾਂਗੀ। ਤਾਂ ਪੇਸਟ ਸਾਡਾ ਰੈਡੀ ਹੋ ਚੁੱਕਿਆ ਹੈ। ਮੈਂ ਜ਼ਿਆਦਾ ਪੇਸਟ ਨੂੰ ਬਰੀਕ ਨਹੀਂ ਕੀਤਾ, ਥੋੜ੍ਹਾ ਜਿਹਾ ਦਰਦਰਾ ਰੱਖਿਆ ਹੈ। ਅਤੇ ਇਹਦੇ ਸਾਡਾ ਤੇਲ ਗਰਮ ਹੋ ਚੁੱਕਿਆ ਹੈ ਅਤੇ ਅਸੀਂ ਇਹਦੇ ਵਿੱਚ ਪਾਵਾਂਗੇ ਕਰੇਲੇ। ਤਾਂ ਮੈਂ ਆਪਣੀ ਕਰੇਲੇ ਇਹਦੇ ਵਿੱਚ ਪਾ ਦਿੱਤੇ ਨੇ, ਅਤੇ ਹੁਣ ਅਸੀਂ ਇਹ 'ਚ ਪਾਵਾਂਗੇ ਸਭ ਤੋਂ ਪਹਿਲਾਂ ਜੀਰਾ, ਅਤੇ ਅਸੀਂ ਪਾ ਦਿੱਤਾ ਆਪਣਾ ਪੇਸਟ, ਜਿਹੜਾ ਅਸੀਂ ਮਸਾਲਾ ਤਿਆਰ ਕੀਤਾ ਸੀ ਉਹ ਅਸੀਂ ਇਹਦੇ ਵਿੱਚ ਪਾ ਦਿੱਤਾ ਹੈ। ਅਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਕੁੱਕ ਕਰਾਂਗੇ। ਤਾਂ ਅਸੀਂ ਕਰੇਲਿਆਂ ਨੂੰ ਇਸ ਤਰ੍ਹਾਂ ਪਲਟਣਾ ਹੈ ਤਾਂ ਕਿ ਸਾਡੇ ਕਰੇਲੇ ਚੰਗੀ ਤਰ੍ਹਾਂ ਚਾਰੋਂ ਪਾਸੇ ਫਰਾਈ ਹੋ ਜਾਣ। ਤਾਂ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਨਮਕ, ਲਾਲ ਮਿਰਚ, ਅਤੇ ਲਾਸਟ 'ਚ ਪਾਇਆ ਮੈਂ ਗਰਮ ਮਸਾਲਾ। ਤਾਂ ਇਹਨੂੰ ਅਸੀਂ ਲੈ ਲੈਂਦੇ। ਅਸੀਂ ਆਪਣਾ ਮਸਾਲਾ ਉਦੋਂ ਤੱਕ ਕੁੱਕ ਕਰਨਾ ਜਦ ਤੱਕ ਇਹ ਡਰਾਈ ਨਾ ਹੋ ਜਾਵੇ ਅਤੇ ਤੇਲ ਜਿਹੜਾ ਹੈ ਉਹ ਆਪਣਾ ਛੱਡਣਾ ਸ਼ੁਰੂ ਨਾ ਕਰਦੇ। ਅਤੇ ਸਾਡੀ ਕਰੇਲੇ ਆਲਮੋਸਟ ਕੁੱਕ ਹੋ ਚੁੱਕੇ ਨੇ, ਹੁਣ ਅਸੀਂ ਫਲੇਮ ਬੰਦ ਕਰ ਲਾਂਗੇ ਤਾਂ ਇਹਨੂੰ ਉਤਾਰ ਲਾਂਗੇ। ਤਾਂ ਇਹਨੂੰ ਅਸੀਂ ਠੰਡਾ ਕਰ ਲਾਂਗੇ। ਹਾਂਜੀ, ਤੁਸੀਂ ਦੇਖ ਸਕਦੇ ਹੋ ਮਸਾਲੇ ਨੇ ਤੇਲ ਛੱਡ ਦਿੱਤਾ, ਮਤਲਬ ਮਸਾਲਾ ਸਾਡਾ ਪ੍ਰੋਪਰ ਕੁੱਕ ਹੋ ਗਿਆ। ਹੁਣ ਅਸੀਂ ਇਹਨੂੰ ਹੋਰ ਕੁੱਕ ਨਹੀਂ ਕਰਾਂਗੇ ਤਾਂ ਫਲੇਮ ਕਰ ਦਾਂਗੇ ਬੰਦ। ਤਾਂ ਕਰੇਲੇ ਸਾਡੇ ਠੰਡੇ ਹੋ ਗਏ ਨੇ, ਮਸਾਲਾ ਵੀ ਸਾਡਾ ਪ੍ਰੋਪਰ ਠੰਡਾ ਹੋ ਚੁੱਕਾ ਹੈ। ਹੁਣ ਅਸੀਂ ਕਰੇਲੇ ਦੇ ਵਿੱਚ ਇਹ ਮਸਾਲਾ ਫਿਲ ਕਰਾਂਗੇ। ਤਾਂ ਲਓ ਜੀ, ਅਸੀਂ ਮਸਾਲੇ ਸਾਰੇ ਕਰੇਲੇ ਦੇ ਵਿੱਚ ਪਾ ਲਿੱਤੇ ਨੇ। ਇੱਧਰ ਮੈਂ ਕੜਾਹੀ ਦੇ ਵਿੱਚ ਮਸਾਲਾ ਪਾ ਦਿੱਤਾ ਸੀਗਾ ਜਿਹੜਾ ਮੈਂ ਐਕਸਟਰਾ ਬਣਾਇਆ ਸੀ। ਹੁਣ ਅਸੀਂ ਸਾਰੇ ਕਰੇਲੇ ਵਾਰੀ ਵਾਰੀ ਸਿਰੇ ਦੇ ਵਿੱਚ ਪਾਈ ਜਾਣੇ। ਤੁਸੀਂ ਚਾਹੋ ਤਾਂ ਇਹਨਾਂ ਨੂੰ ਧਾਗਾ ਵੀ ਲਗਾ ਸਕਦੇ ਹੋ, ਧਾਗਾ ਲਗਾ ਕੇ ਇਹਨੂੰ ਬੰਨ੍ਹ ਸਕਦੇ ਹੋ। ਤਾਂ ਇਹਨੂੰ ਅਸੀਂ 2-3 ਮਿੰਟ ਢੱਕ ਕੇ ਕੁੱਕ ਕਰਾਂਗੇ। ਤਾਂ 2-3 ਮਿੰਟ ਹੋ ਗਏ ਨੇ, ਕਰੇਲੇ ਸਾਡੇ ਰੈਡੀ ਨੇ। ਤਾਂ ਇਹਨੂੰ ਅਸੀਂ ਗਾਰਨਿਸ਼ ਕਰ ਦਾਂਗੇ ਧਨੀਆ ਦੇ ਪੈਟਲਸ ਦੇ ਨਾਲ। ਤਾਂ ਲਓ ਜੀ, ਤਿਆਰ ਹੈ ਸਾਡੇ ਘਰ ਦੇ ਬਣੇ ਹੋਏ ਮਸਾਲੇ ਵਾਲੇ ਕਰੇਲੇ। ਇਹਨੂੰ ਤੁਸੀਂ ਅਗਰ ਧਾਗਾ ਬੰਨ ਕੇ ਕਵਰ ਕਰਨਾ ਚਾਹੁੰਦੇ ਹੋ ਕਰੇਲਿਆਂ ਨੂੰ, ਉਹ ਵੀ ਤੁਸੀਂ ਕਰ ਸਕਦੇ ਹੋ। ਇਹਦੇ ਕਰੇਲੇ ਦੇ ਬਣਾਉਣ ਦੇ ਇੱਕ ਤਰੀਕਾ ਹੋਰ ਵੀ ਹੈ, ਤੁਸੀਂ ਕਟਿੰਗ ਕਰਕੇ ਵੀ ਬਣਾ ਸਕਦੇ ਹੋ। ਉਹਦੀ ਰੈਸਿਪੀ ਵੀ ਮੈਂ ਤੁਹਾਨੂੰ ਬਹੁਤ ਜਲਦੀ ਸ਼ੇਅਰ ਕਰਾਂਗੀ। ਅਤੇ ਇਹਨੂੰ ਤੁਸੀਂ ਰੋਟੀ ਦੇ ਨਾਲ ਵੀ ਖਾ ਸਕਦੇ ਹੋ, ਪਰੌਂਠਿਆਂ ਦੇ ਨਾਲ ਵੀ ਖਾ ਸਕਦੇ ਹੋ, ਅਤੇ ਦਹੀਂ ਦੇ ਨਾਲ, ਰੋਟੀ ਦੇ ਨਾਲ ਖਾ ਸਕਦੇ ਹੋ। ਅਤੇ ਅਗਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ, ਪਲੀਜ਼ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ। ਅਤੇ ਸਾਡੀ ਆਉਣ ਵਾਲੀਆਂ ਲੇਟੈਸਟ ਵੀਡੀਓਜ਼ ਨੂੰ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤਾਂ ਮਿਲਦੇ ਹਾਂ ਇੱਕ ਨਵੇਂ ਵੀਡੀਓਜ਼ ਦੇ ਨਾਲ, ਤਦ ਤੱਕ ਲਈ ਟੇਕ ਕੇਅਰ, ਸੀ ਯੂ ਸੂਨ।